ਹੁਣ ਮੈਂ ਨਿਕਲ ਪਿਆ ਹਾਂ ਪਿੰਡ ਦੇ ਖੇਤਾਂ ਵੱਲ। ਵੱਟੇ ਵੱਟੇ ਜਾਂਦਾ ਖੇਤਾਂ ਦੀ ਹਰਿਆਵਲੀ ਨੂੰ ਦੇਖਦਾ ਜਾ ਰਿਹਾ ਸੀ ਤਾਂ ਮੇਰੀ ਨਜ਼ਰ ਪਈ ਇੱਕ ਸੰਘਣੇ ਜਿਹੇ ਰੁੱਖ 'ਤੇ। ਇਹ ਰੁੱਖ ਹੈ ਬਾਂਸ ਦਾ ਰੁੱਖ, ਉਹ ਬਾਂਸ ਜਿਹਦੀਆਂ ਆਮ ਹੀ ਤੁਸੀਂ ਘਰਾਂ ਦੇ ਵਿੱਚ ਪੌੜੀਆਂ ਬਣੀਆਂ ਦੇਖੀਆਂ ਹੋਣਗੀਆਂ। ਅੱਗੇ ਵਧਿਆ ਤਾਂ ਦੇਖਿਆ ਇੱਕ ਬਾਈ ਜੀ ਆਪਣੇ ਬਾਗ ਦੇ ਵਿੱਚ ਟਹਿਲ ਰਹੇ ਸੀ ਅਤੇ ਆਪਾਂ ਵੀ ਜਾ ਪਹੁੰਚੇ ਬਾਈ ਜੀ ਕੋਲ। ਬਾਈ ਜੀ ਕੀ ਹਾਲ ਚਾਲ? ਕੀ ਲਾਇਆ ਹੋਇਆ? ਕਾਹਦਾ ਬਾਗ? ਸੰਤਰਿਆਂ ਦਾ। ਸੰਤਰੇ ਆ? ਹਰੇ ਹਰੇ? ਅੱਛਾ, ਕੱਚੇ ਆ? ਕਦੋਂ ਕਦੋਂ ਤੱਕ ਪੱਕ ਜਾਣਗੇ? ਦੋ ਮਹੀਨੇ ਤੱਕ ਪੱਕ। ਦੋ ਮਹੀਨੇ ਲੱਗ? ਕਾਫੀ ਵੱਡਾ ਬਾਗ ਲਾਇਆ ਹੋਇਆ ਬਾਈ। ਹੈ ਚੜ੍ਹਾਈ ਆ ਵੀ ਲਾਲੀਆਂ ਦੀ, ਉਹਨਾਂ ਦਾ ਸਾਰੇ ਪਾਸੇ ਲਹਿਰਾਈ ਜਾਂਦੀਆਂ ਤੁਹਾਡੇ। ਠੀਕ ਆ ਬਾਈ, ਦਿੰਦੇ ਹਾਂ ਕਿਹੜਾ ਹੋਰ ਖੇਤਾਂ 'ਚ? ਠੀਕ ਆ ਜੀ, ਓਕੇ ਓਕੇ ਜੀ। ਖੇਤਾਂ ਦੇ ਵਿੱਚ ਦੀ ਜਾਂਦਾ ਹੋਇਆ ਮੈਂ ਇਹ ਮਹਿਸੂਸ ਕਰ ਰਿਹਾ ਸੀ ਜਿੱਦਾਂ ਮੈਂ ਇਹਨਾਂ ਦਾ ਮਾਲਕ ਹੋਵਾਂ ਅਤੇ ਮੈਂ ਆਪਣੇ ਹੱਥੀਂ ਇਹਨਾਂ ਨੂੰ ਪਾਲਿਆ ਹੋਵੇ। ਬੇਸ਼ੱਕ ਇਹ ਖੇਤੀ ਮੈਂ ਨਹੀਂ ਕੀਤੀ, ਪਰ ਮੈਨੂੰ ਇਸ ਗੱਲ ਦਾ ਹੁਣ ਅਹਿਸਾਸ ਹੋ ਗਿਆ ਕਿ ਖੇਤੀ ਕਰਨੀ ਬਹੁਤ ਜ਼ਿਆਦਾ ਔਖੀ ਹੈ, ਪਰ ਜਦੋਂ ਫਸਲ ਪਲ ਜਾਂਦੀ ਹੈ ਫਿਰ ਉਸ ਤੋਂ ਵੱਡੀ ਖੁਸ਼ੀ ਕੋਈ ਹੋ ਹੀ ਨਹੀਂ ਸਕਦੀ। ਲਓ ਜੀ, ਆ ਗਏ ਈਲਵਾਲ ਦੀਆਂ ਗਲੀਆਂ ਵਿੱਚ। ਇਹ ਛੋਟਾ ਬੱਚਾ ਕੀ ਕਰ ਰਿਹਾ? ਟਰੈਕਟਰ ਨਾਲ ਖੇਡ ਰਿਹਾ। ਟਰੈਕਟਰ ਤਾਂ ਘੈਂਟ ਹੈ ਇਸਦਾ। ਚੰਗਾ ਵੀ ਮੁੰਡਿਆ ਜਿਉਂਦਾ ਰਹਿ, ਆਪਾਂ ਅੱਗੇ ਵੱਲ ਨੂੰ ਚਾਲੇ ਪਾ ਦਿੱਤੇ। ਲਓ ਜੀ, ਇੱਥੇ ਤਾਂ ਤਾਸ਼ ਦੀ ਬਾਜ਼ੀ ਚੱਲ ਰਹੀ ਹੈ। ਘੁੰਮਦਾ ਕਮਾਉਂਦਾ ਮੈਂ ਵੀ ਜਾ ਪਹੁੰਚਿਆ ਉੱਥੇ। ਹੋਰ ਬਾਬਾ ਜੀ ਕੀ ਹਾਲ ਚਾਲ? ਠੀਕ ਠਾਕ ਭਾਈ। ਹੋਰ ਈਲ ਵਾਲੀ ਉਹ ਕਿੱਦਾਂ? ਠੀਕ ਹੈ। ਤਾਸ਼ ਗੁੱਟੀ ਜਾਂਦੇ ਹੈ? ਹੋਰ ਕੀ ਖੇਡਦੇ ਆ? ਦੂਰੀ ਸਰ। ਦੂਰੀ ਸਰ? ਦੂਰੀ ਸਰ ਬਣਾਉਣਾ। ਚਲੋ ਬਣਾਓ ਜੀ, ਫਿਰ ਦੇਖਦੇ ਹਾਂ ਕਿੱਦਾਂ ਦੀ ਖੇਡ ਆ ਇਹ। ਬਾਬੇ ਤਾਂ ਪੱਕੇ ਖਿਡਾਰੀ ਸੀ ਤਾਸ਼ ਦੇ, ਪਰ ਮੈਨੂੰ ਇਹਨਾਂ ਦੀ ਖੇਡ ਦੀ ਕੋਈ ਬਹੁਤੀ ਸਮਝ ਨਹੀਂ ਆਈ। ਇੱਕ ਬੰਦੇ ਦੀ ਸਰ ਬਣਦੀ ਹੁੰਦੀ ਬਾਅਦ 'ਚ? ਕੀ ਸਭ ਦੋ ਦੋ ਜਣੇ ਖੇਡਦੇ ਆ? ਇਕੱਲਾ ਇਕੱਲਾ ਸਾਰੇ ਦੋ ਦੋ ਜਣੇ ਖੇਡਦੇ ਆ? ਅਤੇ ਲਓ ਵੀ ਬਣ ਗਈ ਗੱਲ, ਫਿਰ ਹੁਣ ਜਿੱਤਿਆ ਕਿਹੜਾ ਇਹ ਵੀ ਦੱਸ ਦਿਓ ਮੈਨੂੰ। ਅੱਛਾ, ਤੁਸੀਂ ਲੈ ਗਏ ਨੰਬਰ? ਠੀਕ ਆ ਬਾਬਾ ਜੀ, ਫਿਰ ਮਿਲਦੇ। ਨਹੀਂ ਨਹੀਂ, ਮੈਨੂੰ ਖੇਡਣੀ ਨਹੀਂ ਆਉਂਦੀ ਇਹ। ਚਲੋ ਠੀਕ ਆ ਜੀ, ਸਤਿ ਸ਼੍ਰੀ ਅਕਾਲ। ਓਕੇ। ਪਿੰਡਾਂ ਵਿੱਚ ਅਕਸਰ ਹੀ ਕਣਕ ਆਟੇ ਦੇ ਬਦਲੇ ਭਾਂਡੇ ਵੇਚਣ ਵਾਲੇ ਤੁਹਾਨੂੰ ਮਿਲ ਜਾਂਦੇ ਨੇ। ਸ਼ਾਇਦ ਇਹ ਸਭ ਕੁਝ ਸ਼ਹਿਰਾਂ ਵਿੱਚ ਨਸੀਬ ਨਹੀਂ ਹੁੰਦਾ। ਲਓ, ਗਲੀ ਵਿੱਚ ਤਾਂ ਬੀਬੇ ਜੀ ਬੈਠੇ ਆ। ਮਾਤਾ ਜੀ ਸਤਿ ਸ਼੍ਰੀ ਅਕਾਲ। ਹੋਰ ਠੀਕ ਠਾਕ ਹੋ? ਕੀ ਨਾਮ ਆ ਤੁਹਾਡਾ? ਗੁਰਨਾਮ ਕੌਰ। ਅੱਛਾ ਅੱਛਾ, ਕਿੰਨੀ ਉਮਰ ਹੋ ਗਈ? ਵਾਹਿਗੁਰੂ ਦੀ ਮਿਹਰ ਆ ਸਭ। ਚਲੋ ਚਲੋ, ਪਰਮਾਤਮਾ ਰਾਜੀ। ਅੱਛਾ ਜੀ, ਅੱਛਾ ਅੱਛਾ ਅੱਛਾ। ਬਜ਼ੁਰਗਾਂ ਨਾਲ ਗੱਲ ਕਰਨ ਦਾ ਮੌਕਾ ਮੈਂ ਹੱਥੋਂ ਕਦੇ ਨਹੀਂ ਜਾਣ ਦਿੰਦਾ। ਪੁਰਾਣਾ ਪਿੰਡ ਹੈ ਕਾਫੀ ਸੰਗਰੂਰ ਦਾ ਈਲਵਾਲ, ਇਸ ਗੱਲ ਦੀ ਗਵਾਹੀ 1967 ਦੇ ਬਣੇ ਘਰ ਦੱਸ ਰਹੇ ਨੇ। ਉਹ ਪੁਰਾਣੇ ਗਲਾਈ ਵਾਲੇ ਦਰਵਾਜ਼ੇ ਇਸ ਗੱਲ ਦਾ ਪੂਰਾ ਸਬੂਤ ਦੇ ਰਹੇ ਸੀ। ਪਿੰਡ ਭਾਵੇਂ ਪੁਰਾਣਾ ਹੋਵੇ ਪਰ ਪਿੰਡ ਵਾਸੀ ਅੱਜ ਕੱਲ੍ਹ ਨਵੀਆਂ ਕੋਠੀਆਂ ਵੀ ਪਾਉਣ ਲੱਗੇ ਹੋਏ ਨੇ। ਲਓ ਜੀ, ਇਹ ਕਬੀਲਾ ਵੀ ਬੈਠਾ ਹੈ ਇਸ ਪਿੰਡ ਵਿੱਚ। ਸੱਚ ਜਾਣਿਓ ਤਾਂ ਜਿੱਥੇ ਇਹ ਲੋਕ ਨਾ ਹੋਣ ਉਹ ਪਿੰਡ ਅਧੂਰਾ ਜਿਹਾ ਜਾਪਦਾ ਹੈ।
ਇਹ ਇਹਨਾਂ ਦਾ ਗੱਡਾ ਅਤੇ ਇਹੀ ਇਹਨਾਂ ਦਾ ਬੈੱਡਰੂਮ ਅਤੇ ਇਹੀ ਇਹਨਾਂ ਦਾ ਸਟੋਰ, ਸਾਰਾ ਕੁਝ ਇਹਦੇ ਵਿੱਚ ਲੱਦ ਕੇ ਤੁਰ ਪੈਂਦੇ ਨੇ ਜਦੋਂ ਕਿਤੇ ਇਹਨਾਂ ਨੇ ਆਪਣਾ ਥਾਂ ਟਿਕਾਣਾ ਬਦਲਣਾ ਹੁੰਦਾ। ਬੇਸ਼ੱਕ ਬਿਨਾਂ ਛੱਤ ਦੇ ਰਹਿੰਦੇ ਨੇ ਪਰ ਫਿਰ ਵੀ ਹਮੇਸ਼ਾ ਜ਼ਿੰਦਗੀ ਨੂੰ ਖੁਸ਼ੀ ਨਾਲ ਜਿਉਂਦੇ ਨੇ। ਅਤੇ ਆਹ ਕੀ ਕਰ ਰਿਹਾ, ਜਾ ਕੇ ਦੇਖਾਂ ਤਾਂ ਸਹੀ। ਹੋਰ ਬਈ ਸੱਜਣਾ, ਕੀ ਹਾਲ ਆ ਤੇਰੇ? ਵਧੀਆ। ਕੀ ਤਰਿਆ ਹੈ? ਸਬਜ਼ੀ। ਕਾਹਦੀ ਸਬਜ਼ੀ ਤਰੀ? ਆਲੂ ਗੱਠੇ। ਆਲੂ ਗੱਠੇ ਹੈਗਾ ਫਿਰ? ਹੈ। ਚੱਲ ਵਧੀਆ। ਕੀ ਕੰਮ ਕਾਰ ਕਰਦਾ? ਢੋਲਕੀ। ਢੋਲਕੀ ਵਜਾਉਣਾ? ਕਿਹਦੇ ਨਾਲ ਵਜਾਉਣਾ? ਕਿਸੇ ਨਾਲ। ਅੱਛਾ, ਕਿਸੇ ਨਾਲ ਆ ਗਏ। ਹੋਰ ਸਭ ਵਧੀਆ ਨਾ? ਹੱਥਾਂ ਵਿੱਚ ਮੋਟੇ ਮੋਟੇ ਕੰਗਣ ਪਾ ਕੇ ਕੰਮ ਕਰਦੀਆਂ ਇਹਨਾਂ ਦੀਆਂ ਸਵਾਣੀਆਂ ਆਪਣੀ ਇਹੋ ਜਿਹੀ ਜ਼ਿੰਦਗੀ ਵਿੱਚ ਹੀ ਬਹੁਤ ਖੁਸ਼ ਨੇ। ਇਨਸਾਨ ਨੂੰ ਕਿੰਨੀ ਭੁੱਖ ਲੱਗੀ ਹੋਈ ਹੈ ਅੱਗੇ ਵਧਣ ਦੀ, ਅਤੇ ਜੇ ਕਿਤੇ ਮੈਨੂੰ ਕੋਈ ਪੁੱਛੇ ਕਿ ਉਹ ਕੌਣ ਇਨਸਾਨ ਹਨ ਕਿ ਜਿਨ੍ਹਾਂ ਨੂੰ ਕੋਈ ਭੁੱਖ ਜਾਂ ਲਾਲਚ ਨਹੀਂ, ਤਾਂ ਮੈਂ ਸਭ ਤੋਂ ਪਹਿਲਾਂ ਇਸ ਕਬੀਲੇ ਦਾ ਨਾਂ ਲਵਾਂਗਾ। ਇਸ ਪਿੰਡ ਦੀ ਇੱਕ ਖਾਸ ਗੱਲ ਹੋਰ ਵੀ ਹੈ ਕਿ ਕਾਮੇਡੀ ਕਲਾਕਾਰ ਗੁਰਚੇਤ ਚਿੱਤਰਕਾਰ ਅਤੇ ਦਵਿੰਦਰ ਹੈਪੀ, ਜਿਹਨੂੰ ਕਿ ਆਪਾਂ ਜੀਤ ਪੰਚਰਾਂ ਵਾਲੇ ਦੇ ਨਾਮ ਨਾਲ ਜਾਣਦੇ ਹਾਂ, ਉਹ ਵੀ ਇਸੇ ਪਿੰਡ ਦੇ ਜੰਮਪਲ ਨੇ। ਮੈਂ ਚੱਲਦਾ ਜਾ ਰਿਹਾ ਸੀ ਅਤੇ ਪਿੰਡ ਦੀਆਂ ਗਲੀਆਂ ਅਜੇ ਮੁੱਕਣ ਦਾ ਨਾਂ ਨਹੀਂ ਸੀ ਲੈ ਰਹੀਆਂ, ਕਿਉਂਕਿ ਪਿੰਡ ਈਲਵਾਲ ਕੋਈ ਛੋਟਾ ਮੋਟਾ ਪਿੰਡ ਨਹੀਂ, ਇਹਨੂੰ ਵੇਖਣ ਲਈ ਬਹੁਤ ਟਾਈਮ ਲੱਗਦਾ ਹੈ।